ਅਸੀਂ میٹرਿਕ ਦਾ ਇਮਤਿਹਾਨ ਦੇ ਕੇ ਨੌਰ ਸ਼ਹਿਰ ਦੀਆਂ ਬੱਤੀਆਂ ਵੇਖਣ ਗਏ ਤੇ ਦੋ ਕੰਮ ਹੋਏ ਜਨਰਲ ਜਵੈਲਾ ਕਾਰਾ ਮਾਰਸ਼ਲ ਲਗਾ ਸੀ ਉਹਨਾਂ ਨੇ ਪੁੱਟੋ ਨੂੰ ਫਾਇਲਾ ਛੜਿਆ ਉਸ ਤੋਂ ਥੋੜੀ ਦੇਰ ਬਾਅਦ ਇੱਕ ਫਿਲਮ ਰਿਲੀਜ਼ ਹੋਈ ਜਿਹਦਾ ਨਾਂ ਸੀ ਮੋਲਾ ਜੱਟ ਫਿਲਮ ਨੇ ਖਿਲਕੀ ਤੋੜ ਰਸ ਲਿਆ ਤੇ ਇੰਨੀ ਚੱਲੀ ਕਿ ਲੋਕਾਂ ਨੂੰ ਉਹਦੇ ਡਾਇਲੌਗ ਯਾਦ ਹੋ ਗਏ ਬਲਕਿ ਐਂ ਸਮਝ ਲਓ ਕਿ ਉਹਦੇ ਡਾਇਲੌਗ ਪੰਜਾਬੀ ਜ਼ੁਬਾਨ ਦੇ ਮਾਹੌਰੇ ਬਣ ਗਏ ਫਿਲਮ ਦਾ ਇੱਕ ਬਿਰਨ ਸੀ ਨੂਰੀ ਨਤ ਇੱਕ ਅਖਰ ਬਦਮਾਸ਼ ਜਿਹਨੂੰ ਨਾ ਜੇਲ੍ਹ ਚ ਕੈਦ ਬਾ ਸਕੋ ਜੇ ਉਹਨੂੰ ਕੋੜੇ ਮਾਰੋ ਤੇ ਸਵਾਦ ਖਾਵੇ ਤੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਵੇ ਤੇ ਆਪਣੇ ਜੋੜ ਦਾ ਦੁਸ਼ਮਣ ਡੱਬਦਾ ਫਿਰੇ ਫਿਲਮ ਦਾ ਹੀਰੋ ਸੀ ਮੋਹਲਾ ਜੱਟ ਜਿਹੜਾ ਗੰਡਾਸਾ ਚੁੱਕੀ ਕੋਹੜਾ ਇਧਰ ਉਧਰ ਨਿਸਾ ਕੇ ਇਜ਼ਤਾਂ ਪਚਾਉਂਦਾ ਫਿਰਦਾ ਸੀ ਲੇਕਿਨ ਸੱਚੀ ਗੱਲ ਇਹ ਲੋਕਾਂ ਨੂੰ ਨੂਰੀ ਨਕਤੀ ਆਦ ਰਿਆ ਉਹਦੇ ਡਾਇਲੌਗ ਇੰਨੇ ਕਮਸ਼ੂਰ ਹੋਏ ਕਿ ਜਿਹੜੇ ਫਿਲਮ ਦੇ ਲਖਾਰੀ ਸਨ ਨਾਸਰ ਅਦੀਬ ਸਾ ਉਨ੍ਹਾਂ ਦੇ ਬਾਰੇ ਵਿੱਚ ਕਿਹਾ ਗਿਆ ਕਿ ਪੰਜਾਬੀ ਜ਼ੁਬਾਨ ਨੂੰ ਇੱਕ ਨਵਾਂ ਸ਼ੈਕਸਪੀਅਰ ਮਿਲ ਗਿਆ। ਹੁਣ 40 ਸਾਲ ਬਾਅਦ ਫਿਲਮ ਦੁਬਾਰਾ ਬਣੀ ਤੇ ਲੋਕਾਂ ਨੂੰ ਫੇਰ ਇੱਕ ਵਾਰੀ ਨੂਰੀ ਨਾਤੀ ਚੰਗਾ ਲੱਗਾ ਹੈ। ਨਾਸਰਦੀਪ ਸਾਹਿਬ ਨੇ ਇੱਕ ਇੰਟਰਵਿਊਸ فرمایا ਹੈ ਕਿ ਜਦੋਂ ਉਨ੍ਹਾਂ ਨੇ ਪਹਿਲੀ ਮੋਲਾ ਜੱਟ ਲਿਖੀ ਸੀ ਤੇ ਮੁਲਕੇ 'ਚ ਮਾਰਸ਼ਲ ਨਾ ਲੱਗਾ ਸੀ ਤੇ ਉਨ੍ਹਾਂ ਨੇ ਨੂਰੀ ਨਾਤ ਨੂੰ ਵਿਲਨ ਬਣਾ ਕੇ ਮਾਰਸ਼ਲ ਲਾਲਾ ਜਿਵੇਂ ਬਖਾਇਆ ਸੀ ਤੇ ਮੋਲਾ ਜੱਟ ਆਵਾਮ ਦੀ ਆਵਾਜ਼ ਸੀ। ਲੇਕਿਨ ਸਾਡੀ ਆਵਾਮ ਦੀ ਮਤ ਵੀ ਪੁੱਠੀ ਹੈ। ਉਹਨਾਂ ਉਦੋਂ ਵੀ ਨੂਰੀ ਨਾਤ ਚੰਗਾ ਲੱਗਾ ਸੀ ਤੇ ਹੁਣ ਵੀ ਅੱਜ ਦਾ ਨੂਰੀ ਨਾਤ ਇਮਰਾਨ ਖਾਨ ਹੈ ਜਿਹੜਾ ਰੋਜ਼ ਹਰ ਨਵੇਂ ਸ਼ਹਿਰ ਜਾ ਕੇ ਲਲਕਾਰਦਾ ਹੈ ਵੀ ਕੋਈ ਮੇਰੇ ਜਿਹਾ ਜਣਾ ਹੈ ਤੇ ਸਾਹਮਣੇ ਆਵੇ ਪੁਰਾਣੀ ਮੋਲਾ ਜਾਟ ਵਿੱਚ ਨੂਰੀ ਨਾਤ ਨੂੰ ਪੁੱਛਿਆ ਜਾਂਦਾ ਹੈ ਕਿ ਵੀ ਤੂੰ ਚਾਹਨਾ ਕੀ ਹੈ ਉਹਦਾ ਜਵਾਬ ਪੂਰੀ نسل ਨੂੰ ਯਾਦ ਹੈ ਉਹ ਆਂਦਾ ਵੀ ਮੈਂ ਇਹ ਜੁੜਿਆ ਪਿੰਡਾ ਵੱਖੋ-ਵੱਖ ਵੇਖਣਾ ਚਾਹਨਾ ਆਖਿਰ ਇੱਕ ਟਕਤੀ ਨਾਤ ਦੇ ਲਾਹੂ ਦਾ ਅੰਕ ਕਦੋਂ ਵੇਖੇਗੀ ਇਮਰਾਨ ਖਾਨ ਵੀ ਐਸੇ ਆਵਾਮੀ ਜ਼ਬਾਨ ਚ ਗੱਲ ਕਰਦਾ ਆ ਆਓ ਮੈਨੂੰ ਫੜੋ ਮੈਨੂੰ ਜੇਲ੍ਹ ਪਾਓ ਇਲੈਕਸ਼ਨ ਦਾ ਪੇੜ ਲਾਓ ਇਸ ਧਰਤੀ ਤੇ ਕੋ ਜੰਮਿਆ ਤੇ ਸਾਹਮਣੇ ਆਵੇ ਹੱਥ ਵਾਤੀ ਲੜਾ ਲਓ ਜਾਂ ਇਲੈਕਸ਼ਨ ਕਰਾ ਲਓ ਮੇਰਾ ਕੁਛ ਕਰੋ ਨਹੀਂ ਤੇ ਮੈਂ ਸ਼ਹਿਰ ਸ਼ਹਿਰ ਜਾ ਕੇ ਇਹੋ ਹੀ ਲਲਕਾਰਦਾ ਰਹਾਗਾ ਗੋਲੀ ਮਾਰਨੀ ਜੇ ਤੇ ਮਾਰ ਲਓ ਤੇ ਗੋਲੀ ਲੱਗੀ ਵੀ ਤੇ ਇੰਜ ਉੱਠ ਕੇ ਖਲੋਤਾ ਜਿਵੇਂ ਪੰਜਾਬੀ ਫਿਲਮਾਂ ਦਾ ਹੀਰੋ ਖਲੋਂਦਾ ਤੇ ਨਾਲ ਫਰਮਾਇਆ ਕਿ ਅੱਲਾ ਨੇ ਮੈਨੂੰ ਐਸੇ ਲਈ ਦੁਬਾਰਾ ਜ਼ਿੰਦਗੀ ਦਿੱਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸਿੱਧਾ ਕਰਕੇ ਜਾਂਦਾ ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵਜ਼ੀਰ ਆਜ਼ਮ ਦੀ ਫੌਜ ਨਾਲ ਨਹੀਂ ਬਣੀ ਕੋਈ ਫਾਂਸੀ ਚੜਿਆ ਕਿਸੇ ਨੂੰ ਗੋਲੀ ਵੱਜੀ ਕਿਸੇ ਨੂੰ ਦੇਸ਼ ਨਿਕਾਲਾ ਮਿਲਿਆ ਤੇ ਫੌਜ ਵੀ ਹਰ ਵਜ਼ੀਰ ਆਜ਼ਮ ਲਈ ਮੋਹਲਾ ਜੱਟ ਦਾ ਇੱਕੋ ਹੀ ਡਾਇਲੌਗ ਇਸਤੇਮਾਲ ਕਰਦੀ ਹੈ ਭਈ ਤੂੰ ਨਵਾਂ ਆਇਆ ਸੋਹਣਿਆ ਸਿਆਸਦਾਨਾਂ ਨੂੰ ਹਮੇਸ਼ਾ ਫੌਜ ਨੇ ਗद्दार ਕਹਿ ਕੇ ਫ਼ਰਕ ਕੀਤਾ ਹੁਣ ਸਾਡਾ ਨੂਰੀ ਨਾਥ ਸੀਨੇ ਤੇ ਹੱਥ ਮਾਰ ਕੇ ਫੌਜ ਨੂੰ ਗद्दार ਕਹਿੰਦਾ ਤੇ عوام ਤਾਲੀਆਂ ਮਾਰਦੇ ਨੇ ਖਾਨ ਦੇ ਵੈਰੀ ਵੀ ਬੜੇ ਨੇ ਉਹ ਆਉਂਦੇ ਨੇ ਵੀ ਇਹ ਮੋਲਾ ਜੱਟ ਦਾ ਕੋਈ ਕੈਰੈਕਟਰ ਨਹੀਂ ਬਲਕਿ ਇਮਰਾਨ ਖਾਨ ਆਪ ਪੂਰੀ ਫਿਲਮ ਹੈ ਫੌਜ ਨੇ ਇਹਨੂੰ ਬਣਾਇਆ ਸੀ ਹੁਣ ਫੌਜ ਨੂੰ ਤੜੀਆਂ ਮਾਰਦਾ ਤੇ ਰਾਤ ਨੂੰ ਉਹਨਾਂ ਦੇ ਤਰਲੇ ਕਰਦਾ ਕਿਸੇ ਨੇ ਆਖਿਆ ਖਾਨ ਤੇ ਜ਼ਿਆਦਾ ਉਹ ਕਿਸੇ ਫਿਲਮ ਦਾ ਉਹ ਗਾਣਾ ਲੱਗਦਾ ਹੈ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਮਾਂ ਦਾ ਲਾਟਲਾ ਵਿਗੜ ਗਿਆ ਮਾਂ ਦਾ ਲਾਟਲਾ ਵਿਗੜ ਗਿਆ ਮੁੰਡਾ ਸਾਡਾ ਕੋਰੀ ਚੜਿਆ ਬੈਂਡ ਵੱਜ ਗਿਆ ਮਾਂ ਦਾ ਲਾਟਲਾ ਵਿਗੜ ਗਿਆ ਚਲੋ ਅਗਰ ਮੰਨ ਲਈਏ ਵੀ ਇਮਰਾਨ ਖਾਨ ਅਜ ਦਾ ਨੂਰੀ ਨਾਟੇ ਤੇ ਫਿਰ ਮੋਲਾ ਕੌਣ ਹੈ ਫਿਲਮ ਮੋਲਾ ਜੱਟ ਵਿੱਚ ਆਖਰੀ ਜਿੱਤ ਮੋਲਾ ਜੱਟ ਜਿੱਤਦੀ ਹੁੰਦੀ ਹੈ ਲੇਕਿਨ ਉਹਦਾ ਬਸ ਇੱਕੋ ਹੀ ਡਾਇਲੋਗ ਲੋਕਾਂ ਨੂੰ ਯਾਦ ਰਹਿ ਗਿਆ ਸੀ ਉਹ ਇਹ ਸੀ ਵੀ ਮੋਲੇ ਨੂੰ ਮੋਲਾ ਨਾ ਮਾਰੇ ਤੇ ਮੋਲਾ ਨਹੀਂ ਮਾਰ ਸਕਦਾ ਨੂਰੀ ਨਾਟ ਫਿਲਮ ਵਿੱਚ ਜਿਨਾਮੀ ਗਾਜਲਵੇ ਆਖਰ ਤੇ ਉਹਨੂੰ ਆਪਣੇ ਹੱਥੀਂ ਆਪਣੀ ਲਤ ਵੱਢ ਕੇ ਜਾਨ ਚੜਾਣੀ ਪੈਂਦੀ ਹੈ ਇਸ ਦਫਾ ਸੈਟ ਵੱਖਰੇ ਨੇ ਐਕਟਰ ਵੀ ਹੋਰ ਨੇ ਡਾਇਰੈਕਟਰ ਵੀ ਬਦਲ ਗਏ ਨੇ ਲੇਕਿਨ ਅਸੀਂ ਇਹ ਹੀ ਆਖ ਸਕਨੇ ਆ ਕਿ ਤੁਸੀਂ ਨਵੇਂ ਆਏ ਹੋ ਸੋਹਣਿਆ ਅਸੀਂ ਇਹ ਫਿਲਮ ਪਹਿਲੇ ਵੀ ਦੇਖੀ ਹੈ ਤੇ ਬਾਕੀ ਜਿਹੜਾ ਮੋਹਲਾ ਜੱਟ ਦਾ ਇੱਕੋ ਹੀ ਡਾਇਲੋਗ ਸੀ ਉਹਨੂੰ ਬਦਲ ਕੇ ਕੁਝ ਇੰਜ ਕਰ ਲਓ ਵੀ ਬਾਜਵੇਂ ਨੂੰ ਬਾਜਵਾ ਨਾ ਮਾਰੇ ਤੇ ਬਾਜਵਾ ਨਹੀਂ ਮਰ ਸਕਦਾ ਫਿਲਮ ਦਾ ਇੰਟਰਵਲ ਆਣ ਲੱਗਾ ਜੀ ਦੁਆ ਕਰੋ ਵੀ ਇਹ ਧਰਤੀ ਨੱਚ ਦੇ ਲੋਹ ਦਾ ਅੰਕ ਕਦੀ ਨਾ ਵਖੇ ਤੇ ਸਾਡਾ ਜੁੜਿਆ ਪਿੰਡਾ ਵੀ ਇੱਕ ਵਾਰੀ ਫੇਰ ਵਖੋ ਵਖ ਨਾ ਹੋਵੇ Black.